ਲੇ 10 ਧੋਮਾਂਡੇ ਪੀਓ ਸਬਗਿਆਤੇ। ਇਹ ਦਾ ਪਹਿਲਾ ਐਪੀਸੋਡ ਜੇਕਰ ਤੁਸੀਂ ਅਜੇ ਤੱਕ ਨਹੀਂ ਸੁਣਿਆ ਤੇ ਪਲੀਜ਼ ਉਹਨੂੰ ਸੁਣ ਲਿਓ ਕਿਉਂਕਿ ਇਨਾਂ ਵੀਡੀਓ ਚ ਆਪਾਂ ਡਿਸਕਸ ਕਰਦੇ ਆ ਕਿਹੜੇ ਉਹ 10 ਸਵਾਲ ਨੇ ਜਿਹੜੇ ਆਪਾਂ ਸਭ ਤੋਂ ਜ਼ਿਆਦਾ ਗਲਤ ਕਰਦੇ ਆ। ਪਹਿਲੇ ਐਪੀਸੋਡ ਦੀ ਆਪ ਸਭ ਜੀ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ, ਬਹੁਤ ਜ਼ਿਆਦਾ ਲਾਈਕ ਮਿਲੇ, ਬਹੁਤ ਜ਼ਿਆਦਾ ਕਮੈਂਟ ਆਏ। ਬਹੁਤ ਦਿਲ ਖੁਸ਼ ਹੋਇਆ। ਸੋ ਇਦਾਂ ਹੀ ਉਮੀਦ ਕਰਦਾ ਕਿ ਅਸੀ ਐਪੀਸੋਡ ਨੂੰ ਵੀ ਉਨਾ ਹੀ ਪਿਆਰ ਦੋਗੇ ਤੇ ਮੈਂ ਬਿੰਦਰ ਸਿੰਘ ਸਵਾਤ ਕਰਦਾ ਆਪ ਸਭ ਜੀ ਦਾ ਤੁਹਾਡੇ ਆਪਣੇ ਪੀਵੀਕੇ ਚੈਨਲ ਉੱਤੇ ਸ਼ੁਰੂ ਕਰਦੇ ਆ ਆਪਣਾ ਅੱਜ ਦਾ ਦੂਸਰਾ ਮਤਲਬ ਕਨਫਿਊਜ਼ਿੰਗ ਨੇ ਇਹਨੇ ਓਕੇ ਨਹੀਂ ਕਿਹਾ ਸਤੇ ਕਨਫਿਊਜ਼ਿੰਗ ਨੇ ਉਹਨਾਂ ਦਾ ਮਤਲਬ ਸਮਝ ਨਹੀਂ ਲੱਗਦਾ ਵੀ ਉਹ ਵੇਰੋ ਨੇ ਜਾਂ ਫਾਲਸੋ ਨੇ ਸੋ ਆਪਾਂ ਨੂੰ ਤਾਂ ਧਿਆਨ ਦੇਣ ਦੀ ਲੋੜ ਆ ਕਿੱਦਾਂ ਕਰਨਾ ਕਿੱਦਾਂ ਨਹੀਂ ਕਰਨਾ ਸੋ ਵੱਧਿਆ ਜੀ ਆਪਣੀ ਫ੍ਰੀ ਸੀਰੀਜ਼ ਵੱਲ ਪਤਿੰਨ ਤਿੰਨ ਪੰਜਾਬੀ ਸੋ ਜੀ ਅੱਜ ਦਾ ਆਪਣਾ ਪਹਿਲਾ ਸਵਾਲ ਏ ਲਾਸਤਰੀ ਸ਼ਾਤਰਾ ਸਵਰਸਾਲੇ ਕੰਟੀਨਿਊ ਇਨ ਫਿਗੂਰਾ indicà il punto in cui bisogna sempre arrestarsi in vicinanza di un incrocio stradale eh wala apna stree kshetra transverse wale jehde hunde ne sare nu pata hi a hun ethe kehnda jehda continuous stree kshetra transverse wale a jehda photo dikhaya gaya indicate karda ik point nu il punto ik point asa in cui bizonia jithe ke in cui da matlab hunda jeithe ke bizonia load hai hamesha sempre a gaya hamesha ਸੈਂਪਰੇ ਆ ਗਿਆ ਮਤਲਬ ਕਿ ਧਿਆਨ ਤੁਹਾਡਾ ਡਬਲ ਹੋ ਜਾਣਾ ਚਾਹੀਦਾ ਹੈ ਅਰੇ ਸਟਾਰ ਸੀ ਵੀ ਰੁਕਣਾ ਪੈਂਦਾ ਇਨ ਵਿੱਚ ਇਨ ਆਨਸਰ ਨੇੜੇ ਇੱਕ ਚੌਰਾਹੇ ਤੇ ਠੀਕ ਹੈ ਜੀ ਹੁਣ ਇਹ ਚੌਰਾਹ ਹੈ ਜਿਵੇਂ ਕਿ ਫੋਟੋ ਦਿਖਦਾ ਪਿਆ ਤੁਹਾਨੂੰ ਇੱਕ ਚੌਰਾਹ ਹੈ ਇੱਥੇ ਠੀਕ ਹੈ ਕਹਿੰਦਾ ਇਸ ਤਰੀਕੇ ਟ੍ਰਾਂਸਵਰਸਾਲੇ ਤੇ ਆਪਾਂ ਨੂੰ ਹਮੇਸ਼ਾ ਸੈਂਪਰੇ ਹਮੇਸ਼ਾ ਆਪਾਂ ਇੱਥੇ ਆ ਕੇ ਰੁਕਣਾ ਸੈਂਪਰੇ ਆ ਗਿਆ ਇਸ ਕਰਕੇ ਫਾਲਸ ਹੋ ਗਿਆ ਕਿਉਂਕਿ ਆਪਾਂ ਇੱਥੇ ਹਮੇਸ਼ਾ ਨਹੀਂ ਰੁਕਣਾ ਹੁੰਦਾ ਆਪਾਂ ਇੱਥੇ ਆ ਕੇ ਜੇਕਰ ਕੋਈ ਗੱਡੀ ਆਂਡੀ ਤੇ ਉਹਨੂੰ ਪਹਿਲ ਦੇਣੀ ਹੈ ਨਹੀਂ ਤੇ ਆਪਾਂ ਜਾ ਸਕਦੇ ਹਾਂ ਐ ਇਹਦਾ ਮਤਲਬ ਹੈ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਠੀਕ ਹੈ ਜੀ ਇਸ ਕਰਕੇ ਇਹ ਫਾਲਸ ਹੋਆ ਧਿਆਨ ਰੱਖਿਓ ਇਹ ਫਾਲਸ ਹੋਆ ਤੇ ਆਪਾਂ ਇਸ ਪੁਆਇੰਟ ਤੇ ਰੁਕਣਾ ਕਰਦੂਆ ਐਸ ਵਾਲੇ ਤੁਹਾਡੇ ਦਿਲਾਂ ਚ ਬਹੁਤ ਉੱਠਦਾ ਹੋਣਾ ਆਪਾਂ ਇਸ ਪੁਆਇੰਟ ਤੇ ਰੁਕਣਾ ਉਦੋਂ ਜਦੋਂ ਲਾਲ ਲਾਈਟ ਹੋਈ ਹੋਵੇ ਐਸੇ ਮਾਫਰੋ ਤੇ ਵੀ ਤੁਹਾਨੂੰ ਮਿਲ ਸਕਦਾ ਵੀ ਇੰਦੀਸ ਕਿਨਾਰੇ ਤੇ ਇੱਕ ਸੀ ਮਾਫਰੋ ਹੋਵੇ ਉਹ ਜੋ ਸਮਾਫਰੋ ਤੇ ਜਦੋਂ ਲਾਲ ਲਾਈਟ ਹੋਵੇ ਤੁਹਾਨੂੰ ਉਦੋਂ ਰੁਕਣਾ ਪਲੱਸ ਜੇਕਰ ਇੱਥੇ ਨੀਚੇ ਸਟਾਪ ਲਿਖਿਆ ਹੋਵੇ ਜਾਂ ਕਿਨਾਰੇ ਲੱਗਿਆ ਹੋਵੇ ਫਿਰ ਮਾਰਸੀ ਅਦਾਰੇ ਪਰਚੇ ਦੇ ਇੰਸਾਨਾਂ ਫੇਰਾ ਆਪਾਂ ਰੁਕਣਾ ਠੀਕ ਹੈ ਫਿਰ ਆਪਣੇ ਤੇ ਆਬਲੀਗੋ ਆ ਕਿ ਆਪਾਂ ਰੁਕਣਾ ਹੀ ਰੁਕਣਾ ਹੁਣ ਆਪਣੇ ਤੇ ਕਿਸ ਤਰ੍ਹਾਂ ਦਾ ਓਬਲੀਗੋ ਨਹੀਂ ਹੈਗਾ ਆਪਾਂ ਹਮੇਸ਼ਾ ਇੱਥੇ ਨਹੀਂ ਰੁਕਣਾ ਆਪਾਂ ਸਿਰਫ ਉਧਰ ਰੁਕਣਾ ਜਦੋਂ ਆਪਾਂ ਪੈਲ ਦੇਣੀ ਹੈ ਕਿਸੇ ਨੂੰ ਨਹੀਂ ਤੇ ਆਪਾਂ ਨਿਕਲ ਸਕਦੇ ਆ ਠੀਕ ਹੈ ਜੀ ਸੋ ਐਫ ਆਲਸੋ ਵੱਧਦੇ ਅਗਲੇ ਸਵਾਲ ਤੇ ਅਗਲਾ ਸਵਾਲ ਜੀ ਇਨ ਪ੍ਰੈਜ਼ੈਂਸ ਆਫ ਦਲ ਸੇਨੇਲੇ ਦਾ ਫਿਗੂਰਾ ਤੋ ਈ ਵੀ ਕੋਲੀ ਅਲ ਸਰਵਿਸੀਓ ਦੀ ਪਰਸੋਨੇ ਡਿਵਰਸਮੈਂਟੇ ਆਬੀ ਯੂਨਿਟੀ ਦੀ ਅਪੋਜ਼ਿਟੋ ਕੰਟਰਾਸੇਨੀਓ ਨੋਨ ਪੋਸਟੋਨੋ ਐਸਰੇ ਪੋਰਟਾਤੀ ਨਲ ਡਿਪੋਜ਼ਿਟੇਰੀਆ ਕਮੂਨਾਲੇ ਨੇ ਬਲੋਕਾਤੀ ਕੋਨ ਲੇਗਨਾਸ਼ੇ ਜਦੋਂ ਕਹਿੰਦਾ ਮੌਜੂਦ ਹੋਵੇ ਇਹ ਵਾਲਾ ਨਿਸ਼ਾਨ ਠੀਕ ਹੈ ਨੀਚੇ ਵਾਲਾ ਨਿਸ਼ਾਨ ਦੇਖੋ ਜਿੱਥੇ ਆਪਣਾ ਗੱਡੀਆਂ ਨੂੰ ਚੱਕਿਆ ਜਾਣ ਦਾ ਨਿਸ਼ਾਨ ਹੈ ਐਵਲੀ ਫੋਟੋ ਹੈ ਜਿਹੜੀ ਦਸਤੀ ਵੀ ਵੀ ਇੱਥੇ ਆਪਣੀ ਗੱਡੀ ਨੂੰ ਫੋਰਸਫੁਲੀ ਚੱਕਿਆ ਜਾ ਸਕਦਾ ਜੇਕਰ ਆਪਾਂ ਇੱਥੇ ਆਪਣੀ ਗੱਡੀ ਨੂੰ ਸੋਸਤਾ ਕਰਦੇ ਹਾਂ ਤੇ ਠੀਕ ਹੈ ਜੀ ਫਿਰ ਮਾ ਤਾਂ ਆਪਾਂ ਇੱਥੇ ਕਰ ਸਕਦੇ ਆ ਪਰ ਸੋਸਤਾ ਨਹੀਂ ਕਰ ਸਕਦੇ ਠੀਕ ਹੈ ਕਹਿੰਦਾ ਇੱਥੇ ਜੇਕਰ ਤੁਸੀਂ ਗੱਡੀ ਆਪਣੀ ਸੋਸਤਾ ਕਰੋਗੇ ਤੁਹਾਡੀ ਗੱਡੀ ਨੂੰ ਚੱਕਿਆ ਜਾਏਗਾ ਪਰ ਕਹਿੰਦਾ ਜੇਕਰ ਇੱਥੇ ਮੌਜੂਦ ਹੋਵੇ ਆਵਾ ਨਿਸ਼ਾਨ EVICOLI AL SERVIZIO DI PERSONE DIVERSAMENTI ABILI ਮਤਲਬ ਕਿ ਗੱਡੀਆਂ ਜਿਹੜੀ ਸਰਵਿਸ ਵਿੱਚ ਲੱਗਿਆ ਨੇ ਐਸੇ ਬੰਦਿਆਂ ਦੀ ਜਿਹੜੀ ਦਿਫਰਸਮੈਂਟ ਤੇ ਆਪ ਵੀ ਲਏ ਨੇ ਮਤਲਬ ਕਿ ਅਪਾਹਜ ਨੇ ਮੁਨੀਤੀ ਦੀ ਅਪੋਜ਼ੀਤੋ ਕੋਂਟਰਾਸੇਨੀਓ ਬਿਓਨੈਟਿਕ ਇਸ ਤਰ੍ਹਾਂ ਕੋਈ ਸਪੈਸ਼ਲ ਨਿਸ਼ਾਨ ਲੱਗਾ ਹੈ ਕੋਂਟਰਾਸੇਨੀਓ ਨਿਸ਼ਾਨ ਲੱਗਾ ਜਿਹਦੇ ਨਾਲ ਇਹਨਾਂ ਦੀ ਪਛਾਣ ਹੁੰਦੀ ਵੀ ਇਹ ਇੱਕ ਅਪਾਹਜ ਪਰਸਨ ਦੀ ਗੱਡੀ ਹੈ ਪਾਹੀਜ ਬੰਦੇ ਦੀ ਗੱਡੀ ਹੈ ਨੋਂਪੋਸਨੋਐਸਰੇ ਪੋਰਟਾਤੀ ਉਹਨਾਂ ਨੂੰ ਨਹੀਂ ਲੈ ਕੇ ਜਾਇਆ ਜਾ ਸਕਦਾ ਨਹਲਾ ਦੀਪੋਜ਼ੀਟੇਰੀਆ ਕਮੂਨਾਲ ਹੈ ਮਤਲਬ ਕਿ ਜਿੱਥੇ ਗੱਡੀ ਨੂੰ ਚੱਕ ਕੇ ਰੱਖਿਆ ਜਾਂਦਾ ਉਸ ਡਿਪੋਜ਼ਿਟ ਏਰੀਆ ਵਿੱਚ ਗੱਡੀ ਨੂੰ ਨਹੀਂ ਰੱਖਿਆ ਜਾਂਦਾ ਕਮੂਨੇ ਵਾਲੋ ਜਿਹੜੀ ਜਿਹੜਾ ਡਿਪੋਜ਼ਿਟ ਏਰੀਆ ਹੁੰਦਾ ਉਹਦੇ ਵਿੱਚ ਗੱਡੀ ਨੂੰ ਨਹੀਂ ਰੱਖਿਆ ਜਾਂਦਾ ਨੇ ਬਲੋਕਾਤੀ ਕੋ ਨਹੀਂ ਲੈ ਗਣਾਸ਼ੇ ਨਾ ਨਨੋ ਬਲੋਕ ਕੀਤਾ ਜਾਂਦਾ ਗਨਾਸ਼ਿਆਂ ਵੱਲੋਂ ਸੋ ਇਹ ਵੇਰੋਆ ਨੂੰ ਫਾਲਸੋ ਬਿਲਕੁਲ ਨਾ ਕਰਦੇ ਹੋ ਧਿਆਨ ਰੱਖਿਓ ਇਹਦਾ ਬਦਿਆਂ ਅਗਲੇ ਸਵਾਲ ਤੇ ਅਗਲਾ ਸਵਾਲ ਹੈ ਲਿਲੂਚੀ ਰੋਸੇ ਅਚੇਜ਼ੇ ਲੰਪੇ ਜਾਂਤੀ ਇਨ ਫਿਗੂਰਾ obbligano ad arrestarsi all'accesso di un pontile imbarco di navi traghetto ਧਿਆਨ ਦਿਓ ਸਵਾਲ ਇਹਨਾਂ ਔਖੀਆਂ ਨਹੀਂ ਹੈਗਾ ਪਰ ਕੰਫਿਊਜ਼ ਕਰ ਸਕਦਾ ਇਸ ਕਰਕੇ ਮੈਨੂੰ ਵਿੱਚ ਸ਼ਾਮਿਲ ਕੀਤਾ। ਕੀ ਕਹਿੰਦਾ ਹੈ ਜਿਹੜੀ ਲਾਲ ਲੇਟਾਂ ਜਿੱਦਿਆਂ ਬੁਝਦੀਆਂ ਹੋਣ ਜੇ ਫੋਟੋ ਦਿਖਾਈਆਂ ਗਿਆ ਨੇ ਆਬਲੀਗੋ ਕਰਦੀਆਂ ਨੇ ਜ਼ਰੂਰੀ ਕਰਦੀਆਂ ਨੇ ਰੁਕਣਾ ਅਲ ਅਚੈਸੋ ਇੱਕ ਐਂਟਰੀ ਤੇ ਜਿਉਂ ਪੁਨਤੀਲੇ ਦੀਮਬਾਰਕੋ ਦੀ ਨਵੀਂ ਤਰਾਗੇਟੋ ਵੀ ਜਿੱਥੇ ਜਹਾਜ਼ਾਂ ਨੂੰ ਬੋਰਡਿੰਗ ਕੀਤਾ ਜਾਂਦਾ ਉੱਥੇ ਉਹਨਾਂ ਦੀ ਐਂਟਰੀ ਤੇ ਆਬਲੀਗੋ ਕਰਦਾ ਕਿ ਉਹਨਾਂ ਨੂੰ ਰੁਕਣਾ ਪੈਣਾ ਸੋ ਐ ਵੇਰਵਾ ਸੋ ਕਿਦਾਂ ਵੇਰਵਾ ਕੀ ਕਹਿੰਦਾ ਪਿਆ ਪਹਿਲੀ ਗੱਲ ਤੇ ਇਹ ਸਮਝਣ ਵਾਲੀ ਗੱਲ ਹੈ ਵੀ ਇਹ ਲੇਟਾਂ ਕਿੱਥੇ ਕਿੱਥੇ ਲੱਗੀਆਂ ਹੋਣੀਆਂ ਨੇ ਇਹ ਲੱਗੀਆਂ ਹੁੰਦੀਆਂ ਨੇ ਲਿਵੇਲੋ ਫੇਰ ਰੋਬਿਅਰੀਓ ਮਤਲਬ ਕਿ ਰੇਲਵੇ ਕ੍ਰੋਸਿੰਗ ਤੇ ਜਿੱਥੇ ਬੈਰੀਅਰ ਨਾ ਲੱਗੇ ਹੋਣ ਜਾਂ ਕੋਨ ਸੈਮੀ ਬੈਰੀਅਰ ਹੋਣ ਮਤਲਬ ਕਿ ਅੱਧੇ ਬੈਰੀਅਰ ਹੋਣ ਪੂਰੇ ਬੈਰੀਅਰ ਨਾ ਹੋਣ ਅੱਧੇ ਬੈਰੀਅਰ ਹੋਣ ਜਾਂ ਜਿੱਥੇ ਪੁਨਤੀ ਲੈਂ ਇੰਬਾਰਕੋ ਜਿੱਥੇ ਜਹਾਜ਼ਾਂ ਦੀ ਬੋਰਡਿੰਗ ਹੁੰਦੀ ਹੋਵੇ ਉੱਥੇ ਲੱਗੇ ਹੁੰਦੇ ਨੇ ਇੱਕ ਪੁਨਤੇ ਮੋਬਾਈਲੇ ਮਤਲਬ ਕਿ ਜਿਹੜੇ ਪੁੱਲ ਉੱਤੇ-ਨੀਚੇ ਹੋ ਸਕਦੇ ਨੇ ਮਤਲਬ ਕਿ ਮੋਬਾਈਲੇ ਨੇ ਉਹਨਾਂ ਦੀ ਇੱਕ ਜਗ੍ਹਾ ਸਥਿਰ ਨਹੀਂ ਹੈਗੇ ਉਹਨਾਂ ਤੇ ਇਹ ਲਾਲ ਲਟਣ ਲੱਗੀਆਂ ਹੁੰਦੀਆਂ ਨੇ ਇੰਨਾ ਕੇਸਾਂ ਵਿੱਚ ਜੇਕਰ ਤੁਹਾਨੂੰ ਕਹੇਵੇ ਤੁਹਾਨੂੰ ਰੁਕਣਾ ਪੈਣਾ Obligato ਰੁਕਣਾ ਪੈਣਾ ਫਿਰ ਇਹ ਲਾਟਾਂ ਦੇ ਮੁਤਾਬਿਕ ਵੇਰਵਾ ਹੋਏਗਾ ਧਿਆਨ ਰੱਖਿਓ ਇਸ ਗੱਲ ਦਾ ਸੋ ਇਹ ਵੇਰਵਾ ਮੱਧੇ ਅਗਲੇ ਸਵਾਲ ਤੱਕ ਅਗਲਾ ਸਵਾਲ ਆ ਜੀ דוਪੋ ਉਨ ਇਨਸੀਡੈਂਟੇ ਸਟ੍ਰਾਡਾਲੇ ਐ Obligatorio se nella re il veicolo fermo con il segnale mobile di pericolo anche nei centri abitati ਕਿਹਨਾ ਕਿਚੰਦਾ ਸਵਾਲ ਚ ਕਹਿੰਦਾ ਜਦੋਂ ਇਨਸੀਡੈਂਟੇ ਸਟ੍ਰਾਡਾਲੇ ਹੋ ਜਾਏ ਮਤਲਬ ਕਿ ਰੋਡ ਐਕਸੀਡੈਂਟ ਹੋ ਜਾਏ ਜ਼ਰੂਰੀ ਆ Obligatorio ਜ਼ਰੂਰੀ ਆ ਬੀ ਆਪਾ ਸਾਈਨ ਦਈਏ ਗੱਡੀ ਖੜੀ ਹੋਈ ਨੂੰ ਕੌਨ ਇਲ ਸੇ ਨਿਆਨੇ ਮੋਬਿਲੇ ਦੀ ਪੇਰੀਕੋ ਟ੍ਰਿਆੰਗੂਲੋ ਚੇਵਾਲਾ ਜਿਹੜਾ ਆਪਣਾ ਸਿਨਿਆਲੇ ਹੁੰਦਾ ਉਹਦੀ ਵਰਤੋਂ ਕਰਨੀ ਹੈ ਆਕੇ ਨਹੀਂ ਚੈਂਤਰੀ ਅਭੀ ਧਾਤੀ ਵੀ ਪਿੰਡਾਂ ਦੇ ਅੰਦਰ ਵੀ ਇਹਨਾਂ ਦੀ ਵਰਤੋਂ ਕਰਨੀ ਪੈਣੀ ਹੈ ਫਾਲਸੋ ਹੋ ਜਾਂਦਾ ਕਿਉਂਕਿ ਇਹਨਾਂ ਦੀ ਵਰਤੋਂ ਆਪਾਂ ਪਿੰਡਾਂ ਦੇ ਅੰਦਰ ਨਹੀਂ ਕਰਨੀ ਪਿੰਡਾਂ ਤੋਂ ਬਾਹਰ ਕਰਨੀ ਹੈ ਜਿਹੜੇ ਵੀ ਸਿਨਿਆਲੇ ਮੋਬਿਲੇ ਦੀ ਪੇਰੀਕੋ ਨੇ ਉਹਨਾਂ ਦੀ ਵਰਤੋਂ ਆਪਾਂ ਪਿੰਡਾਂ ਤੋਂ ਬਾਹਰ ਕਰਨੀ ਹੈ ਧਿਆਨ ਰੱਖਿਓ ਇਸ ਗੱਲ ਦਾ ਇਹ ਛੋਟੀ ਜੀ ਭੁਲ ਕਰਕੇ ਆਪਣੀ ਗਲਤੀ ਹੋ ਸਕਦੀ ਤੇ ਇਹ ਫਾਲਸੋ ਆ ਮੱਧਯੰਗਲੇ ਸਵਾਲ ਤੇ ਅਗਲਾ ਸਵਾਲ ਇਨ ਵਿੱਚ ਇਨਾਂਸਾ ઓਇਨ ਕੋਰੀਸਪੋਂਡੈਂਸਾ ਦੇ ਲਿੰਕਰੋਚੀ ਰੈਗੂਲਾਤੀ ਦਾ ਸੇਮਾਫੋਰੋ ਨੋਨ ਐ ਕੋਂਸੈਂਟਿਟੋ ਇਲ ਸੋਰਪਾਸੋ ਕੀ ਕਹਿੰਦਾ ਨੇੜੇ ਉੱਤੇ ਇੱਕ ਚੁਰਾਹੇ ਦੇ ਜਿਹਨਾਂ ਨੂੰ ਰੈਗੂਲੇਟ ਕੀਤਾ ਗਿਆ ਹੈ ਸੇਮਾਫੋਰ ਨਾਲ ਉੱਥੇ ਕਹਿੰਦਾ ਇਜਾਜ਼ਤ ਨਹੀਂ ਹੈਗੀ ਓਵਰਟੇਕ ਕਰਨ ਦੀ ਵੇਰੋ ਹੋਣਾ ਚਾਹੀਦਾ ਸੀ ਪਰ ਐ ਫਾਲਸ ਹੋਇਆ ਕਿਉਂ ਫਾਲਸ ਹੋਇਆ ਫਾਲਸ ਹੋਇਆ ਇਸ ਕਰਕੇ ਹੋਇਆ ਕਿਉਂਕਿ ਆਪਾਂ ਓਵਰਟੇਕ ਕਿੱਥੇ ਕਰ ਸਕਦੇ ਹਾਂ ਸਿਰਫ ਆਪਣੀ ਲਾਈਨ ਵਿੱਚ ਰਹਿ ਕੇ ਆਪਾਂ ਨੂੰ ਦੂਸਰੀ ਲਾਈਨ ਕ੍ਰੋਸ ਨਹੀਂ ਕਰਨੀ ਇਹ ਆਪਣਾ ਤੇ ਸ਼ਰਤਾਂ ਜਿਹਦਾਂ ਨੇ ਦੱਸਿਆ ਨਹੀਂ ਹੈਗਾ ਸੋ ਇਹ ਵਾਲਾ ਸਵਾਲ ਦੇਖੋ ਇੱਥੇ ਕਹਿੰਦਾ ਨੇੜੇ ਹੀ ਆਉੱਤਕ ਚੌਰਾਹੇ ਦੇ non è consentito sorpassare una bicicletta ਵੀ ਇੱਕ ਸਾਈਕਲ ਨੂੰ ਓਵਰਟੇਕ ਕਰਨ ਦੀ ਆਪਾਂ ਨੂੰ ਇਜਾਜ਼ਤ ਨਹੀਂ ਹੈਗੀ ਸੇ ਸਿੱਧੇ ਵੇ ਓਖੂ ਪਾਰੇ ਜੇਕਰ ਤੁਹਾਨੂੰ ਬਿਜ਼ੀ ਕਰਨਾ ਪਵੇ ਲਾ ਕੋਰਸੀਆ ਅਪੋਸਤਾ ਦੀ ਮਾਰਚਾ ਜੇਕਰ ਤੁਹਾਨੂੰ ਦੂਸਰੀ ਸਾਈਡ ਨੂੰ ਬਿਜ਼ੀ ਕਰਨਾ ਪਵੇ ਫਿਰ ਤੁਹਾਨੂੰ ਇਜਾਜ਼ਤ ਨਹੀਂ ਹੈਗੀ ਓਵਰਟੇਕ ਕਰਨ ਦੀ ਪਰ ਜੇਕਰ ਤੁਸੀਂ ਆਪਣੀ ਲਾਈਨ ਵਿੱਚ ਰਹਿ ਕੇ ਓਵਰਟੇਕ ਕਰਦੇ ਪਿਕ ਸਾਈਕਲ ਨੂੰ ਇੱਕ ਮੋਟਰਸਾਈਕਲ ਨੂੰ ਫਿਰ ਤੁਹਾਨੂੰ ਇਜਾਜ਼ਤ ਹੈ ਠੀਕ ਹੈ ਸੋ ਇੱਥੇ ਕਹਿੰਦਾ ਵੀ ਇਜਾਜ਼ਤ ਨਹੀਂ ਹੈਗੀ ਉਹ ਟੈਕ ਕਰਨ ਦੀ ਸੋ ਆਲਸੋ ਹੁੰਦਾ ਹੈ ਨਿੱਕੀ ਜਿਹੀ ਗੱਲਾ ਥੋੜੀ ਜੀ ਆ ਧਿਆਨ ਦੇਣਾ ਪੈਣਾ ਹੈ ਗਲਤ ਕਰ ਸਕਦੇ ਹੋ ਇਹਨੂੰ ਵੀ ਤੁਸੀਂ ਸੋ ਜੀ ਬੱਧਿਆ ਅਗਲੇ ਸਵਾਲ ਤੇ ਨੈਲ ਇੰਟਰਸੈਸਿਓਨੀ ਇਨ ਫਿਗੂਰਾ ਇਲ ਵਿਕੂਲੋ ਟੀ ਪੋ ਪਾਸਾਰੇ ਪ੍ਰ ਪ੍ਰੀਮੋ ਪਰਕੀ ਵਿਕੂਲੋ ਐਮ ਨੋਨ ਸਟੀਆ ਸਵੋਲਜੇਂਡੋ ਉਨ ਸਰਵਿਜ਼ਿਓ ਪੁਬਲਿਕੋ ਦੀ ਲੀਨਿਆ ਕਹਿੰਦਾ ਇੱਕ ਚਰਾਹੇ ਤੇ ਇੱਕ ਜੰਕਸ਼ਨ ਤੇ ਜਿਹੜਾ ਕਿ ਫੋਟ ਦਿਖਾਇਆ ਗਿਆ ਕੁਝ ਇਸ ਤਰੀਕੇ ਨਾਲ ਇਲ ਵੀ ਕੋਲੋ ਤੀਪੋ ਪਾ ਸਾਰੇ ਪਰ ਪ੍ਰੀਮੋ ਜਿਹੜੀ ਟੀ ਆ ਉਹ ਸਭ ਤੋਂ ਪਹਿਲਾਂ ਜਾ ਸਕਦੀ ਹੈ ਟੀ ਕਿਹੜੀ ਆ ਟ੍ਰਾਮ ਸੋ ਕਹਿੰਦਾ ਟ੍ਰਾਮ ਸਭ ਤੋਂ ਪਹਿਲਾਂ ਇੱਥੇ ਜਾ ਸਕਦੀ ਹੈ ਇਸ ਤੱਕ ਵੇਰੋ ਸੀ ਅੱਗੇ ਕਹਿੰਦਾ ਬਸ ਸ਼ਰਤੇ ਕਿ ਜਿਹੜੀ ਗੱਡੀ ਐਮ ਹੈ ਆਪਣੀ ਆਟੋਬਸ ਨੋਨ ਸਤਿਆਸ ਵਲ ਜਿੰਦੋ ਉਨ ਸਰਵਿਸਿਓ ਪਬਲਿਕੋ ਦੀ ਲੀਨੀਆ ਮਤਲਬ ਕਿ ਪਬਲਿਕ ਸਰਵਿਸ ਵਿੱਚ ਨਾ ਲੱਗੀ ਹੋਵੇ ਪਰ ਇੱਥੇ ਆਟੋਬਸ ਲਿਖਿਆ ਤੇ ਐ ਇੱਕ ਪਬਲਿਕ ਸਰਵਿਸ ਵਿੱਚ ਲੱਗੀ ਹੋਈ ਹੈ ਜੇਕਰ ਇਹ ਪਬਲਿਕ ਸਰਵਿਸ ਵਿੱਚ ਹੁੰਦੀ ਤਾਂ ਵੀ ਇਹਨੂੰ ਪੈਲ ਦੇਣ ਦਾ ਕੋਈ ਹੱਕ ਨਹੀਂ ਸੀ ਕਿਉਂਕਿ ਪਬਲਿਕ ਸਰਵਿਸ ਬੱਸਾਂ ਨੂੰ ਆਪਾਂ ਨਾਰਮਲ ਗੱਡੀ ਵਾਂਗੂ ਟ੍ਰੀਟ ਕਰਦੇ ਆਂ ਸਿਰਫ ਟਰામ ਹੀ ਜਿੱਥੇ ਉਹ ਟਰામ ਹੀ ਪਹਿਲਾਂ ਜਾਏਗੀ ਹੋਰ ਕੋਈ ਨਹੀਂ ਤਾਂ ਪਹਿਲਾਂ ਨਹੀਂ ਜਾ ਸਕਦੇ ਟਰામ ਆਜੇ ਸਭ ਤੋਂ ਪਹਿਲਾਂ ਟਰામ ਹੀ ਨਿਕਲੇਗੀ ਇਹ ਧਿਆਨ ਰੱਖਿਓ ਸੋ ਜੀ ਇਹ ਫਾਲਸ ਹੋਦਾ ਕਿਉਂਕਿ ਇਥੇ ਕਿਹਾ ਤਾਂ ਵੀ ਬਸ਼ਰਤੇ ਕਿ ਜਿਹੜੀ ਗੱਡੀ ਐਮ ਇਹ ਉਹ ਇੱਕ ਪਬਲਿਕ ਸਰਵਿਸ ਵਿੱਚ ਨਾ ਲੱਗੀ ਹੋਵੇ ਭਾਵੇਂ ਉਹ ਪਬਲਿਕ ਸਰਵਿਸ ਵਿੱਚ ਹੈ ਭਾਵੇਂ ਨਹੀਂ ਹੈ ਇੱਥੇ ਟੀ ਦੀ ਹੀ ਪਹਿਲ ਬਣੇਗੀ ਹੋਰ ਕਿਸੇ ਦੀ ਨਹੀਂ ਸੋ ਇਹ ਫਾਲਸ ਹੋ ਵਧੇ ਅਗਲਾ ਸਵਾਲ ਅਨ ਪ੍ਰੈਜ਼ੈਂਸਾ ਦਲ ਸਿਨੈਲ era figurato un auto caravan con massa a pieno carico ਪਰੀਆ 4 ਟਨਾਂ ਲਾਤੇ ਪੋ ਐਫਫੇਕਟੂਆਰੇ ਮਾਨੋਵਰੇ ਦੀ ਸੋਰਪਾਸੋ ਕਹਿੰਦਾ ਜਿੱਥੇ ਮੌਜੂਦ ਹੋਵੇ ਐਵਰ ਨਿਸ਼ਾਨ ਜਿਹੜਾ ਦਿਖਾਇਆ ਗਿਆ ਹੁਣ ਔਟੋ ਕਾਰਾਵਨ ਸਵਾਲ ਨੂੰ ਧਿਆਨ ਨਾਲ ਪੜਿਆ ਕਰੋ ਸਿਰਫ ਇੱਕ ਛੋਟੀ ਜੀ ਗੱਲੇ ਨਾਲ ਬਦਲੀ ਹੁੰਦੀ ਜਿਸ ਕਰਕੇ ਪੂਰੇ ਸਵਾਲ ਦਾ ਮਤਲਬ ਬਦਲ ਜਾਂਦਾ ਓਕੇ ਐ ਪੈਨਲ ਉਹ ਆਪਾਂ ਨੂੰ ਕਹਿੰਦੀ ਵੀ ਆਪਾਂ ਜਿਹੜੇ ਔਟੋ ਕਾਰੀ ਨੇ ਠੀਕ ਹੈ ਟਰੱਕਾਂ ਦੀ ਗੱਲ ਹੋਣੀ ਟਰੱਕ ਸਾਢੇ 3 ਟਨ ਤੋਂ ਜਿਨ੍ਹਾਂ ਦਾ weight ਜ਼ਿਆਦਾ ਹੈ ਉਹ ওভারਟੇਕ ਇੱਕ ਗੱਡੀ ਨੂੰ ਨਹੀਂ ਕਰ ਸਕਦੇ ਪਰ ਇੱਥੇ ਕੀ ਲਿਖਿਆ ਔਟੋ ਕਾਰਾਵਨ ਕੁਨ ਮਾਸਾ ਪੀਨੋ ਕਾਰੇ ਕੋ ਆਮੇ ਉਹ ਤੋਂ ਕਾਰਾਵਾਂ ਦਾ ਵੇਟ ਬਰਾਬਰ ਹੋਵੇ ਚਾਟਾਂ ਦੇ ਉਹ ਕਰ ਸਕਦਾ ਹੈ ਕੋਵਰ ਟੇਕ ਨੂੰ ਆਉ ਤੋਂ ਕਾਰਾਵਨ ਕਰ ਸਕਦਾ ਪਰ ਟਰੱਕ ਨਹੀਂ ਕਰ ਸਕਦਾ ਇਹ ਗੱਲ ਦਾ ਧਿਆਨ ਰੱਖਿਓ ਸਪੈਸ ਕਰਕੇ ਆ ਵੇਰਵਾ ਹੁਣ ਗੱਲ ਕਰਦੇ ਆ ਅਗਲੇ ਸਵਾਲ ਦੀ ਅਗਲਾ ਸਵਾਲ ਪਲ ઓਰਾਲਾ ਲੀਨਿਆ ਦੀ ਮਾਰਜੀਨੇ ਦਲਾ ਕਰੇ ਜਾਤਾ ਸਿਆ ਕੰਟੀਨੂਆ ਨੋਨ ਐ ਕੋਂਸੈਂਤੀਤੋ ਐਫੇਟੂਆਰੇ ਲੀਨਵਰਸਿਓਨੇ ਦੀ ਮਾਰਜਾ ਜਦੋਂ ਕਿਨਾਰਿਆਂ ਵਾਲੀ ਲਾਈਨ ਕਰੇ ਜਾਤਾ ਉੱਤੇ ਕੰਟੀਨਿਊ ਹੋਵੇ ਨੋਨ ਐ ਕੰਸੇਟਿਟੋ ਇਜਾਜ਼ਤ ਨਹੀਂ ਦਿੱਤੀ ਜਾਂਦੀ ਆਪਣਾ ਯੂ ਟਰਨ ਕਰਨ ਦੀ ਫਾਲਸੋ ਕਿਉਂ ਹੋਇਆ ਫਾਲਸੋ ਇਸ ਕਰਕੇ ਹੋਇਆ ਕਿਉਂਕਿ ਉਹ ਕਹਿੰਦਾ ਵੀ ਸੈਡਾਂ ਵਾਲੀ ਲੀਨੀਆ ਦੀ ਮਾਰਜੀ ਨੇ ਕਿਨਾਰਿਆਂ ਵਾਲੀ ਲਾਈਨਾਂ ਦੀ ਗੱਲ ਕਰਦਾ ਵੀ ਜੇਕਰ ਕਿਨਾਰਿਆਂ ਵਾਲੀ ਲਾਈਨਾਂ ਕੰਟੀਨਿਊ ਨੇ ਫਿਰ ਆਪਾਂ ਨੂੰ ਯੂ ਟਰਨ ਕਰਨ ਦੀ ਇਜਾਜ਼ਤ ਨਹੀਂ ਹੈਗੀ ਕਿਨਾਰਿਆਂ ਦੀ ਲਾਈਨ ਦਾ ਯੂ ਟਰਨ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈਗਾ ਯੂ ਟਰਨ ਦਾ ਜਿਹੜਾ ਲੈਣਾ ਦੇਣਾ ਹੈ ਉਹ ਵਿਚਕਾਰਲੀ ਲਾਈਨ ਨਾਲ ਲੈਣਾ ਦੇਣਾ ਜਿਹੜੀ ਵਿਚਕਾਰ ਲਾਈਨ ਲੱਗੀ ਹੁੰਦੀ ਜਿਹੜੀ ਕੋਰਸਿਆਂ ਨੂੰ ਦਵੀਧਰੇ ਕਰਦੀ ਹੈ ਉਸ ਲਾਈਨ ਦਾ ਜੇਕਰ ਤਰਤੇ ਜਾਂਦਾ ਹੋਵੇ ਤਾਂ ਯੂ-ਟਰਨ ਕਰ ਸਕਦਾ ਜੇਕਰ ਉਹ ਤਰਤੇ ਜਾਂਦਾ ਨਹੀਂ ਹੈਗਾ ਫਿਰ ਉਹ ਯੂ-ਟਰਨ ਨਹੀਂ ਕਰ ਸਕਦਾ ਠੀਕ ਹੈ ਜੀ ਸੋ ਇਸ ਕਰਕੇ ਆ ਫਾਲਸੋ ਆਵਦੇ ਨੇ ਸਵਾਲ ਤੇ ਕਿਉਂਕਿ ਨੋਨ ਆਬੀਆ ਪੋਟੂਤੋ ਐਵਿਟਾਰੀ ਲਾ ਕਾਡੂਤਾ ਦੀ ਮਾਟੇਰੀਏ ਵਿਜੀਟੇ ਦੇਵੇ ਦੇਵੀਆਰੇ ਇਲ ਟ੍ਰਾਫੀਕੋ ਇਨ ਅਤੇਸਾ ਕੇ ਲੈਂਤੇ ਪ੍ਰੋਪ੍ਰੀਟਾਰੀ ਦਲਾ ਸਟਰਾਦਾ ਇਂਟਰਵੇਂਗਾ ਪਰ ਰੀਪ੍ਰੀਸਟੀਨਾਰੇ ਲੇ ਕੋਂਡਿციਓਨੀ ਓਟਿਮਾਲੀ ਕਿਉਂਕਿ ਨੋਨ ਆਬੀਆ ਪੋਟੂਤੋ ਬਿਓ ਨਹੀਂ ਪਚਾ ਸਕਦਾ ਡਿੱਗਣ ਤੋਂ ਕਿਸੇ ਵੀ ਤਰ੍ਹਾਂ ਦੇ ਮਟੀਰੀਅਲ ਨੂੰ ਦੇਵੇ ਡਿਵਿਆਰੇ ਮਤਲਬ ਕਿ ਉਹਨੂੰ ਸੜਕ ਤੇ ਜਿਹੜੇ ਟ੍ਰੈਫਿਕ ਜਾਣ ਦੀ ਹੈ ਉਹਨੂੰ ਡਾਇਵਰਟ ਕਰਨਾ ਪੈਣਾ ਮਤਲਬ ਕਿ ਉਹਨੂੰ ਆਪ ਆਪ ਉਤਰ ਕੇ ਗੱਡੀ ਤੋਂ ਰਸਤਾ ਦਿਖਾਵੇ ਦੂਸਰੀ ਗੱਡੀਆਂ ਨੂੰ ਕਿ ਤੁਸੀਂ ਇਸ ਪਾਸੇ ਨਾ ਜਾਓ ਕਿਉਂਕਿ ਕਿ ਸਮਾਨ ਡਿੱਗਾ ਤੁਸੀਂ ਦੂਸਰੇ ਪਾਸੇ ਵਾਲਾ ਰੋਡ ਲੈ ਲਓ ਕਹਿੰਦਾ ਇਦਾਂ ਉਹ ਕਰੇ ਇਨ ਅਤੇਜ਼ਾ ਕੇ ਲੈਂਤੇ ਪ੍ਰੋਪਰਟਾਜੋ ਰਸਤਰਾਦਾ ਇੰਟਰਵੈਂਗਾ ਤੇ ਕਹਿੰਦਾ ਵੇਟ ਕਰੇ ਬਿ ਲੈਂਤੇ ਪ੍ਰੋਪਰਟਾਰੀਓ ਮਤਲਬ ਕਿ ਸੜਕ ਦੇ ਜਿਹੜੇ ਮਾਲਕ ਨੇ ਸੜਕ ਦੇ ਜਿਹੜੇ ਰੂਲ ਰੈਗੂਲੇਸ਼ਨ ਨੂੰ ਜਿਹੜੇ ਬਣਾਉਂਦੇ ਨੇ ਉਹ ਆਣਗੇ ਤੇ ਉਹ ਕਰਨਗੇ ਰਿਪ੍ਰੈਸਟ ਨਹੀਂ ਆ ਰਹੇ ਮਤਲਬ ਕਿ ਦੁਬਾਰਾ ਤੋਂ ਸੈੱਟ ਕਰਨਗੇ ਜਿਹੜੀ ਕੰਡੀਸ਼ਨਾਂ ਉੱਥੇ ਵਿਗੜ ਗਈਆਂ ਨੇ ਉਹ ਸਾਰੀ ਕੰਡੀਸ਼ਨਾਂ ਨੂੰ ਦੁਬਾਰਾ ਤੋਂ ਸੈੱਟ ਕਰਨਗੇ ਇਸ ਕਰਕੇ ਕਹਿੰਦਾ ਆਪਾਂ ਨੂੰ ਉਹਨਾਂ ਦੀ ਵੇਟ ਕਰਨੀ ਚਾਹੀਦੀ ਤੇ ਵੇਟ ਕਰਦੇ ਕਰਦੇ ਆਪਾਂ ਨੂੰ ਜਿਹੜੀ ਤੇ ਟ੍ਰੈਫਿਕ ਏ ਉਹਨੂੰ ਡਾਇਵਰਟ ਕਰਨਾ ਪੈਣਾ ਆਲਸੋ ਆਪਾਂ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਟ੍ਰੈਫਿਕ ਨੂੰ ਡਾਇਵਰਟ ਨਹੀਂ ਕਰ ਸਕਦੇ ਆਪਾਂ ਨੂੰ ਵੇਟ ਕਰਨੀ ਪੈਣੀ ਕਿ ਉੱਥੇ ਕੋਈ ਆਵੇ ਜਿਹੜਾ ਇਹ ਸਭ ਕੁਝ ਸਾਂਭੇ ਬਟ ਆਪਾਂ ਨੂੰ ਉੱਥੇ ਸਿਨੇ ਵਾਲੇ ਮੋਬਾਈਲੇ ਦੀ ਪੇਰੀ ਕੋਲ ਜਰੂਰ ਲਗਾਉਣਾ ਪੈਣਾ ਠੀਕ ਹੈ ਜੀ ਤੇ ਹੋਰ ਜਿੰਨਾ ਕੁਝ ਆਪਾਂ ਕਰ la responsabilità civile connessa al sinistro stradale è e esclusa per danni di lieve entità ke da responsabilità jehdi civile hundi a responsibility civile bare me ek alag to ek lecture laake jarur aawanga jaldi aawanga hazir tode hovanga conessa al sinistro stradale sadak accident najra connected responsibility civile ercia e esclusa onu bahar rakheya janda je kar utthe dany yani nuksaan ਕੱਟ ਹੋਵੇ ਲੈਵੇ ਇੰਤਿਤਾ ਮਤਲਬ ਕਿ ਬਹੁਤ ਜ਼ਿਆਦਾ ਮਾਮੂਲੀ ਜਾਂ ਨੁਕਸਾਨ ਹੋਵੇ ਫਿਰ ਐਰਚੀਆ ਕੰਮ ਨਹੀਂ ਕਰਦਾ ਫਾਲਸੋ ਇਹ ਕੰਮ ਕਰਦਾ ਭਾਵੇਂ ਨੁਕਸਾਨ ਛੋਟਾ ਹੈ ਭਾਵੇਂ ਵੱਡਾ ਸੋ ਚੰਗਾ ਜੀ ਐਸੀ ਆਪਣੇ 10 ਸਵਾਲ ਜਿਹੜੇ ਮੈਨੂੰ ਡਾਊਟ ਸੀ ਕਿ ਇਹਨਾਂ ਤੇ ਗਲਤੀ ਹੋ ਸਕਦੀ ਹੈ ਇਹ ਸਵਾਲ ਮੈਂ ਸਪੈਸ਼ਲੀ ਤੁਹਾਡੇ ਲਈ ਗੱਡੇ ਸੀ ਇਹ ਸਵਾਲ ਜਿਹੜਾ ਤੁਸੀਂ ਦੇਖਦੇ ਪਿਆ ਮੈਂ ਕੁਝ ਟਾਈਮ ਪਹਿਲਾਂ ਫੇਸਬੁੱਕ ਦੇ ਉੱਤੇ ਪੁੱਛਿਆ ਸੀ ਆਪਣੀ ਫੇਸਬੁੱਕ ਆਈਡੀ ਉੱਤੇ ਤੇ ਕਾਫੀ ਨੇ ਜਵਾਬ ਕਰ ਲ ਦਿੱਤਾ ਸੀ ਸੋ ਮੈਂ ਸੋਚਿਆ ਸਵਾਲ ਨੂੰ ਵੀ ਵਿੱਚ ਐਂਟਰੀ ਕਰਾਈ ਜਾਵੇ ਸੋ ਜੀ ਜਿਨ੍ਹਾਂ ਨੇ ਹਜੇ ਤੱਕ ਵੀ ਉਹ ਵਾਲੀ ਵੀਡੀਓ ਨਹੀਂ ਦੇਖੀ ਜਿਹਦੇ ਵਿੱਚ ਅਸੀਂ ਦੱਸਿਆ ਵੀ SPA ਕਿੱਦਾਂ ਹੁੰਦੇ ਨੇ ਉਹ ਉੱਤੇ ਆਈ ਬਟਨ ਆ ਰਿਹਾ ਹੁੰਦਾ ਤੇ ਕਲਿੱਕ ਕਰਕੇ ਉਸ ਵੀਡੀਓ ਤੇ ਡਾਇਰੈਕਟਲੀ ਉਹ ਪਹੁੰਚ ਸਕਦੇ ਨੇ ਠੀਕ ਹੈ ਜੀ ਉਹ ਵਾਲੀ ਵੀਡੀਓ ਵੀ ਜ਼ਰੂਰ ਦੇਖ ਲੈਣ ਕਿਉਂਕਿ SPA ਬਾਰੇ ਸਾਰੀ ਇਨਫੋਰਮੇਸ਼ਨ ਅਸੀਂ ਉਸ ਵੀਡੀਓ ਅੰਦਰ ਦਿੱਤੀ ਹੋਈ ਹੈ ਸੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜਿਨ੍ਹਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰਕੇ ਜ਼ਰੂਰ ਜਾਣ ਉਹਨਾਂ ਆਖਰੀ 30 ਸੈਕਿੰਡ ਦੀ ਵੀਡੀਓ ਹੁਣ ਤੁਹਾਨੂੰ ਉੱਤੇ ਸਕਰੀਨ ਤੇ ਸ਼ੋ ਹੁੰਦੀਆਂ ਹੋਈਆਂ ਨੇ ਤਿੰਨ ਵੀਡੀਓ ਮਦਦ ਤੁਹਾਡੀ ਕਰ ਸਕਦੀ ਹੈ ਇਹ ਵੀਡੀਓ ਨੂੰ ਜਰੂਰ ਦੇਖਿਓ ਸੋ ਚੰਗਾ ਜੀ ਹੁਣ ਆਪਾਂ ਮਿਲਾਂਗੇ ਅਗਲੇ ਐਪੀਸੋਡ ਵਿੱਚ ਤਦ ਤੱਕ ਲਈ ਰੱਬ ਰਾਖਾ